ਤਰਨ ਤਾਰਨ ਅਧੀਨ ਆਉਂਦੇ ਕਸਬਾ ਫਤਿਹਾਬਾਦ ਵਿਖੇ ਬੀਤੀ ਦੇਰ ਰਾਤ ਔਰਤ ਦਾ ਭੇਦ ਭਰੇ ਹਾਲਾਤਾਂ 'ਚ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਉਮਰ 40 ਸਾਲਾਂ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਦੀ ਪਹਿਚਾਣ ਬਲਵਿੰਦਰ ਕੌਰ ਉਰਫ ਕਿੰਦਰ ਪਤਨੀ ਸੁਖਵਿੰਦਰ ਸਿੰਘ ਵਾਸੀ ਕਿਲ੍ਹਾ ਮੁਹੱਲਾ ਕਸਬਾ ਫਤਿਹਾਬਾਦ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਫਿੰਗਰਪ੍ਰਿੰਟ ਮਾਇਰਾਂ 'ਤੇ ਡਾਂਗ ਸਕਵੈਡ ਆਦਿ ਮਹਿਰਾਂ ਦੀ ਮਦਦ ਨਾਲ ਕਾਤਲਾਂ ਦੀ ਦਬੋਚਣ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੇ ਪਤੀ ਸੁਖਵਿੰਦਰ ਸਿੰਘ ਕਾਲਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਘਟਨਾ ਸੰਬੰਧੀ ਸਵੇਰੇ ਤੜਕਸਾਰ ਪਤਾ ਲੱਗਾ ਹੈ। ਮ੍ਰਿਤਕਾਂ ਦੇ ਪਤੀ ਨੇ ਦੱਸਿਆ ਕਿ ਉਸਦੀ ਵੱਡੀ ਲੜਕੀ ਵਿਆਹਤਾ ਹੈ ਅਤੇ ਲੜਕਾ ਆਪਣੇ ਰਿਸ਼ਤੇਦਾਰ ਕੋਲ ਕੰਮ ਧੰਦਾ ਕਰਦਾ ਹੈ, ਜਦਕਿ ਛੋਟੀ ਲੜਕੀ ਅਤੇ ਪਤਨੀ ਸਮੇਤ ਘਰ 'ਚ ਮੌਜੂਦ ਸਨ। ਉਸਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਘਰ 'ਚ ਦੇਖਿਆ ਕਿ ਉਹਨਾਂ ਦੀ ਪਤਨੀ ਘਰ ਵਿੱਚ ਮੌਜੂਦ ਨਹੀਂ ਸੀ। ਆਸ ਪਾਸ ਦੇਖਣ ਉਪਰੰਤ ਜਦੋਂ ਉਹਨਾਂ ਘਰ ਦੇ ਪਿਛਲੇ ਪਾਸੇ ਸੁਨਸਾਨ ਜਗ੍ਹਾ 'ਚ ਦੇਖਿਆ ਤਾਂ ਇੱਕ ਖਸਤਾ ਹਾਲਾਤ ਕਮਰੇ ਵਿੱਚ ਉਹਨਾਂ ਦੀ ਪਤਨੀ ਮ੍ਰਿਤਕ ਹਾਲਾਤ ਵਿੱਚ ਪਈ ਸੀ। ਅਰੇ ਮੈਂ ਇਨਵੈਸਟੀਗੇਟ ਕਰਦੇ ਹਾਂ, ਇਨਫੋਰਮੇਸ਼ਨ ਮਿਲੀ ਸੀ ਸਵੇਰੇ ਅਤੇ ਪੁਲਿਸ ਪਾਰਟੀ ਉਦੋਂ ਹੀ ਸੱਚ ਹੋ ਗਿਆ, ਸਾਰੇ ਇੱਥੇ ਆ ਮੌਕੇ 'ਤੇ ਆ ਗਏ, ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ, ਸਟੇਟਮੈਂਟ ਇਹਨਾਂ ਦੇ ਰਿਕਾਰਡ ਕਰ ਲਏ ਹਾਂ, ਪਰਚਾਦਾਰੀ ਕਰ ਰਹੇ ਹਾਂ ਅਤੇ ਅੱਗੇ ਜਿਹੜੀ ਵੀ ਤਫਤੀਸ਼ ਦੇ ਵਿੱਚ ਤੱਥ ਆਉਣਗੇ ਉਹਨਾਂ 'ਚੋਂ ਫਿਰ ਲੱਭ ਲਾਂਗੇ। ਤੁਹਾਨੂੰ ਹਾਲੇ ਕੁਛ ਨਹੀਂ ਕਹਿ ਸਕਦੇ, ਹਾਲੇ ਫੋਰੈਂਸਿਕ ਵਾਲੇ ਆਪਦਾ ਕੰਮ ਕਰ ਰਹੇ ਆ, ਫੋਰੈਂਸਿਕ ਵਾਲਿਆਂ ਤੋਂ ਪਤਾ ਲੱਗੂਗਾ ਵੀ ਕੀ ਕੋਈ ਇੱਟ ਵੱਜੀ ਹੈ ਜਾਂ ਕੋਈ ਹੋਰ ਚੀਜ਼ ਵੱਜੀ ਹੈ, ਉਸ ਹਿਸਾਬ ਨਾਲ ਪਤਾ ਲੱਗ ਜੂਗਾ। ਉਹ ਪਿਆਰ ਪਰਿਵਾਰ ਵੱਲੋਂ ਬੇਸਿਕਲੀ ਇਹੀ ਹੈ ਵੀ ਉਹ ਸ਼ਾਮ ਨੂੰ ਆਪਣਾ ਇਹ ਕਿੰਦਰ ਕੌਰ ਇਹਦਾ ਘਰਵਾਲਾ ਅਤੇ ਇਹਦੀ ਬੇਟੀ ਜਿਹੜੀ ਹੈਗੀ ਹੈ ਆਪਣਾ ਰੋਟੀ ਪਾਣੀ ਖਾ ਕੇ ਸੌਂ ਗਏ ਸੀਗੇ ਅਤੇ ਰਾਤੀ ਇਹ ਕੋਈ ਸਵੇਰੇ 4 ਵਜੇ ਉੱਠਿਆ ਇਹਦਾ ਘਰਵਾਲਾ, ਤਾਂ ਇਹਨੇ ਜਦੋਂ ਦੇਖਿਆ ਤਾਂ ਆਪਣੀ ਇਹਦੀ ਘਰਵਾਲੀ ਉੱਥੇ ਜਿੱਥੇ ਪਏ ਸੀਗੇ ਉੱਥੇ ਮਿਸਿੰਗ ਸੀਗੇ, ਉੱਥੇ ਨਹੀਂ ਸੀਗੇ, ਤਾਂ ਇਹਨੇ ਆਸੇ ਪਾਸੇ ਦੇਖਿਆ ਤਾਂ ਪਿੱਛੇ ਜਾ ਕੇ ਉਹ ਜਿਹੜੀ ਹਵੇਲੀ ਆ ਉਹਦੇ 'ਚ ਇਹਨੂੰ ਦਿਖਿਆ ਵੀ ਉੱਥੇ ਪਈ ਹੈ, ਅਤੇ ਫਿਰ ਇਹਨੇ ਜਾ ਕੇ ਆਪਣੀ ਬੇਟੀ ਨੂੰ ਉਠਾਇਆ ਅਤੇ ਉਸ ਤੋਂ ਬਾਅਦ ਦੱਸਿਆ ਪੁਲਿਸ ਨੂੰ, ਇਨਫੋਰਮ ਕੀਤਾ ਪੰਚਾਇਤ ਨੂੰ। ਨਹੀਂ ਹਾਲੇ ਕੁਛ ਕਹਿਣਾ ਵਾਜਿਬ ਨਹੀਂ ਹੋਊਗਾ, ਮੈਡੀਕਲ ਅਤੇ ਫੋਰੈਂਸਿਕਸ ਹੋਣਗੀਆਂ ਅਤੇ ਉਸ ਤੋਂ ਬਾਅਦ ਜਿਹੜੇ ਸਬੂਤ ਇਕੱਠੇ ਕਰਕੇ ਫਿਰ ਲੱਭ ਲਾਂਗੇ ਬੰਦੇ ਨੂੰ, ਦੋਸ਼ੀ ਫੜਿਆ ਜਾਊਗਾ ਛੇਤੀ ਫੜ ਤੁਹਾਡਾ ਜੀ। ਮੇਰਾ ਨਾਮ ਕਾਲਾ। ਤੁਹਾਡੇ ਘਰ ਦੀ ਨਾਲ ਕੀ ਵਾਕਿਆ ਹੋਇਆ ਜੀ? ਵਾਕਿਆ ਭਾਅ ਜੀ ਕੀ ਹੋਣਾ, ਮੈਂ ਇੱਦਾਂ ਗੱਡੀ ਤੋਂ ਆਇਆ ਅਤੇ ਘਰ ਆਣ ਕੇ ਸੁੱਤਾ ਵਾਂ ਅਤੇ ਪਤਾ ਨਹੀਂ ਲੱਗਾ ਦਿਨ, ਮੈਂ ਤੜਕੇ ਉੱਠਿਆ ਮੈਂ 4 ਵਜੇ ਉੱਠ ਕੇ ਬਾਥਰੂਮ ਕੀਤਾ, ਬਾਥਰੂਮ ਕਰਕੇ ਮੈਂ ਕੁੜੀ ਨੂੰ ਪੁੱਛਿਆ ਤੇਰੀ ਮੰਮੀ ਕਿੱਥੇ ਆ, ਉਹ ਕਹਿੰਦੀ ਹੈ ਬਈ ਸੁੱਤੀ ਨਹੀਂ, ਅਤੇ ਮੈਂ ਉੱਠ ਕੇ ਵੇਖਿਆ 4 ਵਜੇ ਲਾਈਟ ਲੂਟ ਜਗਾ ਕੇ ਵੇਖਿਆ ਦਿਖੀ ਨਹੀਂ ਕਿਤੇ, ਮੁੜ ਕੇ ਮੈਂ ਇੱਧਰ ਆ ਗਿਆ ਵਾਂ, ਇੱਧਰ ਆਣ ਕੇ ਵੇਖਿਆ ਸਾਹਮਣੇ ਗੜਵੀ ਦਿਖੀ ਆ ਮੈਨੂੰ, ਗੜਵੀ ਦਿਖੀ ਆ ਅਤੇ ਮੈਂ ਵੇਖਿਆ ਅਤੇ ਡਿੱਗੀ ਉੱਥੇ, ਮੈਂ ਭੱਜ ਕੇ ਜਾ ਕੇ ਚੁੱਕਣ ਪਿਆ ਵਾਂ ਅਤੇ ਇਹਦੇ ਮੂੰਹ 'ਚੋਂ ਖੂਨ ਖਾਣ ਵਗਣ ਡਿਆ ਸੀ। ਅਤੇ ਉੱਧਰੋਂ ਕਿੱਦਾਂ ਇੱਧਰ ਆਏ ਕਿਸੇ ਨੇ? ਪਤਾ ਨਹੀਂ, ਸਮਝਣ ਲੱਗੀ ਭਾਅ ਜੀ ਕੌਣ ਲਿਆ ਇੱਥੇ। ਕਿਸੇ ਨਾਲ ਦੁਸ਼ਮਣੀ ਕੋਈ ਤੁਹਾਡੀ? ਕਿਸੇ ਨਾਲ ਕੋਈ ਭਾਅ ਜੀ ਦੁਸ਼ਮਣੀ ਨਹੀਂ ਮੇਰੀ। ਕਿੰਨੇ ਬੱਚੇ ਤੁਹਾਡੇ? 3 ਬੱਚੇ ਭਾਅ ਜੀ ਮੇਰੇ। ਕੀ ਮੰਗ ਕਰਦੇ ਹੋ ਜੀ? ਭਾਅ ਜੀ ਮੈਂ ਮੰਗ ਇਹੀ ਕਰਦਾ ਵੀ ਜਿੰਨੇ ਇਹਦੇ ਨਾਲ ਕੰਮ ਕੀਤਾ ਵੱਧ ਤੋਂ ਵੱਧ ਸਜ਼ਾ ਚਾਹੀਦੀ ਆ। ਰੋਜ਼ ਬੋਲ ਜਾਓ, ਕਿਹੜਾ ਬੇਟਾ? ਕੀ ਗੱਲ ਹੋਈ ਤੁਹਾਡੀ ਮੰਮਾ ਨਾਲ? ਜਿਹੜੀ ਮੰਮਾ ਨਾਲ ਵੀ ਮੈਂ ਜਦੋਂ ਇਹ ਸੁੱਤੇ ਨਾ ਸਾਰੇ ਜਣੇ ਉਹਦੇ ਇੱਥੇ ਅਸੀਂ ਲੰਮੇ ਪਏ ਸੀ, ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ, ਹੁਣ ਵੀ ਨਹੀਂ ਕਿਸੇ ਦਾ ਆਰਾਮ, ਅਸੀਂ ਸੌਂ ਗਏ ਸਾਰੇ ਜਣੇ ਅਤੇ ਬਾਅਦ 'ਚ ਫਿਰ ਮੰਮੀ ਇੱਥੇ ਲੰਮੇ ਪੈ ਗਏ ਆ ਅਤੇ ਮੈਨੂੰ ਡੈਡੀ ਨੇ ਉਠਾਇਆ ਵਾ ਅਤੇ ਡੈਡੀ ਕਹਿੰਦਾ ਵੀ ਮੰਮੀ ਕਿੱਥੇ ਆ, ਮੈਂ ਕਿਹਾ ਮੈਨੂੰ ਨਹੀਂ ਪਤਾ ਕਿੱਥੇ ਆ, ਮੰਮੀ ਲਾਗੇ ਹੈ ਹੀ ਨਹੀਂ, ਸਾਰੇ ਪਾਸੇ ਵੇਖਿਆ ਭਾਅ ਜੀ, ਅਸੀਂ ਮਗਰ ਵੇਲੀ ਆ ਉੱਥੇ ਅਸੀਂ ਵੇਖਿਆ ਵਾ, ਉੱਧਰ ਕਿਸੇ ਨੇ ਮਾਰ ਕੇ ਸੁੱਟਿਆ ਵਾ। ਕਿੰਨੇ ਕੁ ਵਜੇ ਤੁਹਾਨੂੰ ਪਤਾ ਲੱਗਦਾ ਸਵੇਰੇ? ਸਾਨੂੰ 5 ਕੁ ਵਜੇ ਪਤਾ ਲੱਗਾ ਵਾ। ਹੁਣ ਕੀ ਮੰਗ ਕਰਦੇ ਤੁਸੀਂ? ਉਹਨੂੰ ਤੇ ਸਜ਼ਾ ਦੇ ਦਿਓ। ਕਿਸੇ ਨਾਲ ਕੋਈ ਰੰਜਿਸ਼ ਸੀ ਬੇਟਾ? ਕਿਸ ਤਰ੍ਹਾਂ ਨਹੀਂ, ਕੋਈ ਕਿਸੇ ਨਾਲ ਕਦੀ ਲੜਾਈ ਝਗੜਾ ਹੋਇਆ ਕਦੀ? ਨਹੀਂ। ਜਿਨ੍ਹਾਂ ਨੇ ਵੀ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਸਾਨੂੰ ਇਨਸਾਫ ਮਿਲੇ, ਸਾਡੀ ਮਾਂ ਨੇ ਜਿਹਨੇ ਵੀ ਕੀਤਾ ਇਹ ਸਾਰਾ ਕੁਛ, ਮੇਰੇ 2 ਭੈਣ ਭਰਾ ਨੇ ਉਹ ਹਾਲੇ ਕੁਆਰੇ ਨੇ, ਉਹ ਕੀ ਕਰਨਗੇ ਵਿਚਾਰੇ, ਪਿਓ ਸਾਡਾ ਉਹਨਾਂ ਦੀ ਲੱਤ ਟੁੱਟੀ ਆ, ਉਹਨਾਂ ਕੋਲ ਕੰਮ ਕਰਨਾ ਹੀ ਹੁੰਦਾ, ਮੇਰਾ ਭਰਾ ਇਕੱਲਾ ਕੰਮ ਕਰਦਾ, ਭੈਣ ਮੇਰੀ ਵਿਆਹਣ ਵਾਲੀ ਹਾਲੇ, ਜਿੰਨੇ ਵੀ ਕੀਤਾ ਸਾਨੂੰ ਇਨਸਾਫ ਜਲਦੀ ਤੋਂ ਜਲਦੀ ਮਿਲੇ। ਕਿਸੇ ਤੇ ਸ਼ੱਕ ਆ ਤੁਹਾਨੂੰ ਕੋਈ ਜਾਂ ਕਿਸੇ ਨੇ ਕੋਈ? ਹਾਂਜੀ। ਕਿਸੇ ਤੇ ਸ਼ੱਕ ਹੋਏ ਤੁਹਾਨੂੰ ਕੋਈ? ਨਹੀਂ, ਸ਼ੱਕ ਕੋਈ ਨਹੀਂ ਆਉਣ ਕਿਸੇ ਤੇ, ਸਾਨੂੰ ਇਹ ਵੀ ਨਹੀਂ ਪਤਾ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ, ਇਹਦੇ ਦਿਨੇ ਤੜਕੇ ਉੱਠ ਕੇ ਮੇਰੀ ਛੋਟੀ ਭੈਣ ਨੇ ਦੇਖਿਆ ਹੈ ਤਾਂ ਫਿਰ ਪਤਾ ਲੱਗਾ, ਫਿਰ ਉਹਨਾਂ ਨੇ ਫੋਨ ਕੀਤਾ ਸਾਰਿਆਂ ਨੂੰ,
ਬਾਕੀ ਇਹਨਾਂ ਦੇ ਜੋ ਵੀ ਹੋਇਆ ਵਾ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪਿਛਲੇ ਕਮਰੇ 'ਚ ਕਿੱਦਾਂ ਗਏ? ਉੱਥੇ ਤੁਸੀਂ ਰਹਿ ਨਹੀਂ ਰਹੇ, ਇੱਥੇ ਰਹਿ ਰਹੇ ਅੱਗੇ, ਇਹ ਪਤਾ ਤੁਹਾਨੂੰ ਕੁਝ? ਹਾਂਜੀ, ਇਹ ਤਾਂ ਕੋਈ ਪਤਾ ਨਹੀਂ ਸਾਨੂੰ। ਬਾਕੀ ਉਹਨਾਂ ਨੇ ਦੱਸਿਆ ਵੀ ਛੋਟੀ ਭੈਣ ਕਹਿੰਦੀ ਹੈ ਜਦੋਂ ਮੁੜ ਕੇ ਵੇਖਿਆ ਵਾ ਚੁੱਲ੍ਹਾ, ਸਾਡਾ ਇੱਥੇ ਚੁੱਲ੍ਹਾ ਪਿਆ ਸੀ, ਉਹਦੇ ਲਾਗੇ ਮੰਮੀ ਦੀ ਚੁੰਨੀ ਪਈ ਸੀ, ਉਹਨੂੰ ਤੂੰ ਕੇ ਖੜਿਆ ਵਾ। ਅੱਛਾ, ਹਾਂਜੀ। ਕੀ ਮੰਗ ਕਰਦੇ ਤੁਸੀਂ? ਇਨਸਾਫ਼ ਮਿਲਣਾ ਚਾਹੀਦਾ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਵੀ ਕੀਤਾ ਹੈ।